ਨਹੀਂ ਆ ਜਾਓ ਆ ਜਾਓ, ਕਿੱਥੇ ਰਹਿ ਗਏ ਅਸੀਂ? ਤੁਸੀਂ ਤਾਂ ਲੇਟ ਹੀ ਬੜਾ ਕਰਤਾ। ਮੈਂ ਇੱਥੇ ਕਮਲ ਨਾਲ ਬੈਠੀ ਕਜ਼ਨ ਦੀ ਤੁਹਾਨੂੰ ਉਡੀਕੀ ਜਾਂਦੀ ਹਾਂ। ਉਦੋਂ ਤਾਂ ਕਹਿੰਦੀਆਂ ਸੀਗੀਆਂ ਕਿ ਉਦੋਂ ਕਮਲ ਦਾ ਵਿਆਹ ਹੋਊਗਾ ਤਾਂ ਅਸੀਂ ਗੀਤ ਗਾਵਾਂਗੀਆਂ। ਆ ਜਾਓ ਬਹਿ ਜਾਓ, ਹੁਣ ਸ਼ੁਰੂ ਕਰੀਏ। ਅੱਗੇ ਬਥੇਰਾ ਲੇਟ ਹੋ ਗਿਆ, ਆ ਜਾ ਹੁਣ ਸ਼ੁਰੂ ਕਰਦੀ ਹਾਂ। ਮੈਂ ਸ਼ੁਰੂ ਕਰਦੀ ਹਾਂ, ਤੁਸੀਂ ਮੇਰੇ ਪਿੱਛੇ ਪਿੱਛੇ ਬੋਲਿਓ, ਠੀਕ ਹੈ? ਠੀਕ ਹੈ। ਨੀ ਬੀਬੀ ਚੰਦਨ ਦੇ ਓਲੇ ਓਲੇ ਕਿਉਂ ਖੜੀ, ਨੀ ਬੀਬੀ ਚੰਦਨ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ, ਬਾਬਲ ਵਰ ਲੋੜੀਏ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ, ਬਾਬਲ ਵਰ ਲੋੜੀਏ, ਨੀ ਬੀਬੀ ਕਿਹੋ ਜਿਹਾ ਵਰ ਲੋੜੀਏ, ਨੀ ਧੀਏ ਕਿਹੋ ਜਿਹਾ ਵਰ ਲੋੜੀਏ, ਜਿਵੇਂ ਤਾਰਿਆਂ ਚੋਂ ਚੰਨੇ ਚੰਨਾ ਵਿੱਚੋਂ ਕੰਨੇ ਕਨਈਆ ਵਰ ਲੋੜੀਏ, ਜਿਵੇਂ ਤਾਰਿਆਂ ਚੋਂ ਚੰਨੇ ਚੰਨਾ ਵਿੱਚੋਂ ਕੰਨੇ ਕਨਈਆ ਵਰ ਲੋੜੀਏ। ਨੀ ਮੇਰੀ ਸੁਣ ਗੱਲ, ਤੁਸੀਂ ਕਿ ਮੂੰਹ 'ਚ ਘੁੰਗਣੀਆਂ ਪਾਈਆਂ, ਬੋਲਦੀਆਂ ਨਹੀਂ ਹੁਣ? ਵੇ ਦੰਦ ਕੱਢਣ 'ਤੇ ਜ਼ੋਰ ਦਿੱਤਾ ਵਾ, ਹੁਣ ਡੀਜੇ ਲਾ ਦੇ, ਹੁਣ ਭੁੜਕਣ ਲੱਗ ਜਾਣਗੀਆਂ। ਆਹੋ, ਇਹ ਘੋੜੀਆਂ ਸੁਹਾਗ ਆਪਣਾ ਵਿਰਸਾ ਗਾਹ ਕੀ ਦੱਸੋਗੇ ਤੁਸੀਂ ਆਪਦੇ ਨਿਆਣਿਆਂ ਨੂੰ ਜਾ ਕੇ? ਹੁਣ ਦੰਦ ਕੱਢਣ 'ਤੇ ਜ਼ੋਰ ਦਿੱਤਾ ਵਾ। ਕੋਈ ਨਾ, ਤੁਹਾਡੀ ਤਾਂ ਆਵਾਜ਼ ਆਉਣ ਡੀ, ਮੇਰੀ ਆਵਾਜ਼ ਆਉਣ ਡੀ ਆ। ਕੋਈ ਨਾ, ਦਫਾ ਹੋ ਪਰੇ, ਮੈਂ ਇਕੱਲੀ ਬਥੇਰੀ ਹਾਂ, ਮੈਂ ਇਕੱਲੀ ਗਾ ਲੂੰਗੀ। ਨੀ ਬੀਬੀ ਚੰਦਨ ਦੇ ਓਲੇ ਓਲੇ ਕਿਉਂ ਖੜੀ, ਨੀ ਬੀਬੀ ਚੰਦਨ ਦੇ